ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਵੱਡਾ ਕਾਂਡ। ਪੰਜਾਬੀ ਮੁੰਡੇ ਨੂੰ ਹੁਸ਼ਿਆਰਪੁਰ ਤੋਂ ਕੀਤਾ ਕਿਡਨੈਪ, ਫਿਰ ਮੁੰਡੇ ਦੇ ਪਰਿਵਾਰ ਤੋਂ ਮੰਗੀ ਫਿਰੌਤੀ। ਪੰਜ ਪੁਲਿਸ ਮੁਲਾਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਕਾਲੀ ਸਕਾਰਪੀਓ ਦੇ ਵਿੱਚ ਕਿਡਨੈਪ ਕਰਕੇ ਲੈ ਗਏ ਸੀ ਮੁੰਡਾ। ਰਾਹ ਦੇ ਵਿੱਚ ਪੁਲਿਸ ਨੇ ਵਾਇਰਲੈਸ 'ਤੇ ਜਾਰੀ ਕਰਤੀ ਸੂਚਨਾ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਥਾਂ ਥਾਂ 'ਤੇ ਨਾਕੇ ਲਗਾਏ ਗਏ। ਇੱਕ ਨਾਕੇ 'ਤੇ ਪੁਲਿਸ ਵਾਲਿਆਂ ਨੇ ਇਹ ਗੱਡੀ ਨੂੰ ਰੋਕਿਆ। ਨਾ ਹੀ ਗੱਡੀ 'ਤੇ ਨੰਬਰ ਪਲੇਟ ਸੀ ਅਤੇ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ। ਪੁਲਿਸ ਨੂੰ ਸ਼ੱਕ ਹੋਇਆ, ਪੁਲਿਸ ਨੇ ਨਾਕੇ 'ਤੇ ਗੱਡੀ ਰੁਕਵਾਈ। ਵਿੱਚ ਬੈਠੇ ਸਨ ਪੰਜ ਕਿਡਨੈਪਰ ਅਤੇ ਕਿਡਨੈਪ ਕੀਤਾ ਹੋਇਆ ਮੁੰਡਾ। ਦੱਸ ਦਈਏ ਕਿ ਮੌਕੇ 'ਤੇ ਤਿੰਨ ਕਿਡਨੈਪਰ ਪੁਲਿਸ ਨੂੰ ਦੇਖ ਕੇ ਭੱਜ ਗਏ, ਬਲਕਿ ਦੋ ਕਿਡਨੈਪਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ, ਜਿੱਥੇ ਮੁਕੇਰੀਆਂ ਤੋਂ ਦਸੂਹਾ ਦੇ ਵੱਲ ਇੱਕ ਮੁੰਡੇ ਨੂੰ ਕਿਡਨੈਪ ਕਰਕੇ ਲੈ ਕੇ ਜਾ ਰਹੀ ਕਾਲੀ ਸਕਾਰਪੀਓ ਨੂੰ ਪੁਲਿਸ ਨੇ ਰੋਕਿਆ। ਪੁਲਿਸ ਜਿਵੇਂ ਹੀ ਇਸ ਕਾਰ ਨੂੰ ਰੋਕਦੀ ਹੈ ਤਾਂ ਹੱਕੀ ਬੱਕੀ ਰਹਿ ਜਾਂਦੀ ਹੈ, ਕਿਉਂਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਇਸ ਘਿਨੌਣੀ ਕਰਤੂਤ ਦੇ ਵਿੱਚ ਸ਼ਾਮਿਲ ਸਨ। ਇਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਦਿੱਲੀ ਪੁਲਿਸ ਦਾ, ਇੱਕ 2020 ਦੇ ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ, ਉਹ ਹੈ ਮੁਲਾਜ਼ਮ। ਅਤੇ ਇੰਜ ਹੀ ਕਰਦੇ ਹੋਏ ਪੰਜ ਮੁਲਾਜ਼ਮ ਇਸ ਕਿਡਨੈਪਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਪਰ ਨਾਕਾਮਯਾਬ ਰਹੇ। ਹੁਣ ਉਹਨਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹ ਕਾਲੇ ਰੰਗ ਦੀ ਸਕਾਰਪੀਓ ਮੁਕੇਰੀਆਂ ਤੋਂ ਦਸੂਹਾ ਵੱਲ ਜਾ ਰਹੀ ਸੀ, ਜਿਸ ਨੂੰ ਰੋਕ ਕੇ ਦਸੂਹਾ ਪੁਲਿਸ ਨੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗੱਡੀ ਦੇ ਵਿੱਚੋਂ ਤਿੰਨ ਵਿਅਕਤੀ ਫਰਾਰ ਹੋ ਗਏ, ਜਿਨ੍ਹਾਂ ਦੇ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ। ਜਦੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਮਨੋਜ ਅਤੇ ਰਾਜਨ ਸਿੰਘ, ਜੋ ਕਿ ਦਿੱਲੀ ਪੁਲਿਸ ਅਤੇ ਉਹ ਦਿੱਲੀ ਤੋਂ PO ਸਨ, ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਕੇਰੀਆ ਲਿਆਂਦਾ ਗਿਆ। ਆਓ ਬਾਕੀ ਦੀ ਜਾਣਕਾਰੀ ਪੁਲਿਸ ਅਧਿਕਾਰੀ ਕੋਲੋਂ ਲੈਂਦੇ ਹਾਂ ਕਿ ਆਖਿਰਕਾਰ ਇਹਨਾਂ ਪੁਲਿਸ ਕਰਮੀਆਂ ਨੇ ਕਿਸ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਿਸ ਦੇ ਕੋਲੋਂ ਫਿਰੌਤੀ ਅਤੇ ਕਿੰਨੀ ਫਿਰੌਤੀ ਮੰਗੀ ਸੀ, ਆਓ ਜਾਣ। ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਵੱਡਾ ਕਾਂਡ। ਪੰਜਾਬੀ ਮੁੰਡੇ ਨੂੰ ਹੁਸ਼ਿਆਰਪੁਰ ਤੋਂ ਕੀਤਾ ਕਿਡਨੈਪ, ਫਿਰ ਮੁੰਡੇ ਦੇ ਪਰਿਵਾਰ ਤੋਂ ਮੰਗੀ ਫਿਰੌਤੀ। ਪੰਜ ਪੁਲਿਸ ਮੁਲਾਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਕਾਲੀ ਸਕਾਰਪੀਓ ਦੇ ਵਿੱਚ ਕਿਡਨੈਪ ਕਰਕੇ ਲੈ ਗਏ ਸੀ ਮੁੰਡਾ। ਰਾਹ ਦੇ ਵਿੱਚ ਪੁਲਿਸ ਨੇ ਵਾਇਰਲੈਸ 'ਤੇ ਜਾਰੀ ਕਰਤੀ ਸੂਚਨਾ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਥਾਂ ਥਾਂ 'ਤੇ ਨਾਕੇ ਲਗਾਏ ਗਏ। ਇੱਕ ਨਾਕੇ 'ਤੇ ਪੁਲਿਸ ਵਾਲਿਆਂ ਨੇ ਇਹ ਗੱਡੀ ਨੂੰ ਰੋਕਿਆ। ਨਾ ਹੀ ਗੱਡੀ 'ਤੇ ਨੰਬਰ ਪਲੇਟ ਸੀ ਅਤੇ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ। ਪੁਲਿਸ ਨੂੰ ਸ਼ੱਕ ਹੋਇਆ, ਪੁਲਿਸ ਨੇ ਨਾਕੇ 'ਤੇ ਗੱਡੀ ਰੁਕਵਾਈ। ਵਿੱਚ ਬੈਠੇ ਸਨ ਪੰਜ ਕਿਡਨੈਪਰ ਅਤੇ ਕਿਡਨੈਪ ਕੀਤਾ ਹੋਇਆ ਮੁੰਡਾ। ਦੱਸ ਦਈਏ ਕਿ ਮੌਕੇ 'ਤੇ ਤਿੰਨ ਕਿਡਨੈਪਰ ਪੁਲਿਸ ਨੂੰ ਦੇਖ ਕੇ ਭੱਜ ਗਏ, ਬਲਕਿ ਦੋ ਕਿਡਨੈਪਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ, ਜਿੱਥੇ ਮੁਕੇਰੀਆਂ ਤੋਂ ਦਸੂਹਾ ਦੇ ਵੱਲ ਇੱਕ ਮੁੰਡੇ ਨੂੰ ਕਿਡਨੈਪ ਕਰਕੇ ਲੈ ਕੇ ਜਾ ਰਹੀ ਕਾਲੀ ਸਕਾਰਪੀਓ ਨੂੰ ਪੁਲਿਸ ਨੇ ਰੋਕਿਆ। ਪੁਲਿਸ ਜਿਵੇਂ ਹੀ ਇਸ ਕਾਰ ਨੂੰ ਰੋਕਦੀ ਹੈ ਤਾਂ ਹੱਕੀ ਬੱਕੀ ਰਹਿ ਜਾਂਦੀ ਹੈ, ਕਿਉਂਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਇਸ ਘਿਨੌਣੀ ਕਰਤੂਤ ਦੇ ਵਿੱਚ ਸ਼ਾਮਿਲ ਸਨ। ਇਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਦਿੱਲੀ ਪੁਲਿਸ ਦਾ, ਇੱਕ 2020 ਦੇ ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ, ਉਹ ਹੈ ਮੁਲਾਜ਼ਮ। ਅਤੇ ਇੰਜ ਹੀ ਕਰਦੇ ਹੋਏ ਪੰਜ ਮੁਲਾਜ਼ਮ ਇਸ ਕਿਡਨੈਪਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਪਰ ਨਾਕਾਮਯਾਬ ਰਹੇ। ਹੁਣ ਉਹਨਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹ ਕਾਲੇ ਰੰਗ ਦੀ ਸਕਾਰਪੀਓ ਮੁਕੇਰੀਆਂ ਤੋਂ ਦਸੂਹਾ ਵੱਲ ਜਾ ਰਹੀ ਸੀ, ਜਿਸ ਨੂੰ ਰੋਕ ਕੇ ਦਸੂਹਾ ਪੁਲਿਸ ਨੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗੱਡੀ ਦੇ ਵਿੱਚੋਂ ਤਿੰਨ ਵਿਅਕਤੀ ਫਰਾਰ ਹੋ ਗਏ, ਜਿਨ੍ਹਾਂ ਦੇ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ। ਜਦੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਮਨੋਜ ਅਤੇ ਰਾਜਨ ਸਿੰਘ, ਜੋ ਕਿ ਦਿੱਲੀ ਪੁਲਿਸ ਅਤੇ ਉਹ ਦਿੱਲੀ ਤੋਂ PO ਸਨ, ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਕੇਰੀਆ ਲਿਆਂਦਾ ਗਿਆ।
ਆਓ ਬਾਕੀ ਦੀ ਜਾਣਕਾਰੀ ਪੁਲਿਸ ਅਧਿਕਾਰੀ ਕੋਲੋਂ ਲੈਂਦੇ ਹਾਂ ਕਿ ਆਖਿਰਕਾਰ ਇਹਨਾਂ ਪੁਲਿਸ ਕਰਮੀਆਂ ਨੇ ਕਿਸ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਿਸ ਦੇ ਕੋਲੋਂ ਫਿਰੌਤੀ ਅਤੇ ਕਿੰਨੀ ਫਿਰੌਤੀ ਮੰਗੀ ਸੀ, ਆਓ ਜਾਣਦੇ।